ਵਾਹ ਜੀ ਕਿਦਾਂ ਮਹਾਰਾਜ। ਰੋਕੋ ਰੋਕੋ ਰੋਕੋ, ਕੱਢੋ ਭਾਈ ਕੀ ਕਾਗਜ਼ ਕੱਢੋ ਕਾਗਜ਼। ਭਰਾਵਾ ਪੁਲਿਸ ਵਾਲੇ ਨੂੰ, ਪੁਲਿਸ ਵਾਲਾ ਐ ਕਮਾਲ ਹੈ ਯਾਰ, ਪੁਲਿਸ ਵਾਲਾ ਚੈਕਿੰਗ ਕਰਨ ਦੇ ਕਮਾਲ ਹੈ। ਇਹ ਦੇਖੋ ਸਖਤੀ ਹੋ ਗਈ ਹੁਣ, ਤੇ ਅੱਛੇ ਦਿਨ ਆ ਗਏ, ਸਖਤੀ ਹੋ ਗਈ, ਸਖਤੀ ਹੋ ਗਈ। ਚਲੋ ਮੈਂ ਉਦਾਂ ਜ਼ਬਾਨੀ ਗੱਲ ਕਰ ਲੈਣੇ, ਮੇਰੇ ਕੋਲ ਲਾਇਸੈਂਸ ਵੀ ਹੈਗਾ, ਮੇਰੇ ਕੋਲ ਪੋਲਿਊਸ਼ਨ ਵੀ ਹੈਗਾ, ਮੇਰੇ ਕੋਲ ਸਾਰੇ ਕਾਗਜ਼ ਹੈਗੇ, ਤੇਰਾ ਸਕੂਟਰ ਹੈ, ਇਹ ਮੇਰਾ ਮਾਮੇ ਦਾ ਮੁੰਡਾ। ਮਾਮੇ ਦਾ ਕੋਈ ਟਿਚਰਾ ਕਰਨ ਦੇ, ਮਾਮਾ ਨਹੀਂ ਕਹੀਦਾ ਹੁੰਦਾ, ਮਾਮਾ ਇੱਦਾਂ ਤੁਸੀਂ ਆਪਣੇ ਮਹਿਕਮੇ ਵਾਲੇ ਹੋ ਕੇ ਮਾਮਾ ਕਹੀ, ਮਾਮਾ। ਅੱਛਾ ਅੱਛਾ, ਲੋਕੀ ਸਾਨੂੰ ਮਾਮਾ ਕਹਿੰਦੇ ਆ, ਤੇ ਮੈਂ ਉਹਨੂੰ ਮਾਮਾ ਮੁੰਡਾ ਕਹਿ। ਮਾਮਾ ਨਹੀਂ ਹੈ, ਮੈਂ ਵਾਕਈ ਮਾਮੇ ਦਾ ਮੁੰਡਾ ਵਾਂ, ਤੇ ਮੈਨੂੰ ਬੱਸ ਸਟੈਂਡ ਚੜ੍ਹਾ ਚੱਲੇ ਸੀ। ਹਾਂ ਦੱਸ ਤਾਰੀਖ ਕੀ ਸੇਵਾ ਕਰੀ? ਦੇਖੋ ਮੈਂ ਮਾਮੇ ਦਾ ਮੁੰਡਾ ਵਾਂ, ਤੁਹਾਨੂੰ ਵੀ ਲੋਕੀ ਮਾਮਾ ਹੀ ਕਹਿੰਦੇ ਨੇ, ਤੇ ਫਿਰ ਆਪਣੀ ਰਿਸ਼ਤੇਦਾਰੀ ਨਿਕਲਦੀ ਨਾ, ਸਮਝੋ ਰਿਸ਼ਤੇਦਾਰੀ ਨਿਕਲਦੀ ਹੈ। ਮਤਲਬ ਮਾਮਾ 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 ਵੱਡੇ ਮਾਮੇ ਦਾ ਮੁੰਡਾ। ਭਾਜੀ ਸਮਝਿਆ ਕਰੋ ਨਾ ਤੁਸੀਂ, ਤਾਂ ਮਹਿਕਮੇ ਦੇ ਬੰਦੇ, ਮੈਂ ਦੇਖੋ ਆ ਗਰਮੀ 'ਚ ਖੜਾ, ਬੁਰਾ ਹਾਲ, ਮੁੜਕੋ ਮੁੜਕੀ ਹੋਇਆ, ਦੁਨੀਆ ਸਾਰੇ ਕਾਗਜ਼ ਪੂਰੇ ਰੱਖੀ ਛੱਡਦੀ, ਪੋਲੂਸ਼ਨ ਦੁਨੀਆ ਨੇ ਕਰਾਇਆ, ਇੰਸ਼ੋਰੈਂਸਾਂ ਕਰਾਈਆਂ, ਇੱਕ ਹੋਰ ਹੈ ਮੇਰੇ ਬਾਪੂ ਨੂੰ ਬੜੀ ਕਾਹਲੀ ਆਈ ਹੈ ਜੀ, ਮੈਨੂੰ ਜਾਣਦੇ ਪਲੰਬਰ ਬੈਠਾ ਤੁਸੀਂ, ਹੁਣ ਆਇਆ ਤਾਂ ਤੁਸੀਂ ਮਹਿਕਮੇ ਵਾਲੇ ਬੰਦੇ ਆ ਗਏ, ਅਤੇ ਅਸੀਂ ਚਲਾਣ ਕਿਹਦਾ ਕੱਟਣਾ, ਅਸੀਂ ਜਾ ਕੇ ਸੌਂ ਜਾਈਏ ਆਰਾਮ ਨਾਲ, ਕੋਈ ਕੰਮ ਕਾਰ ਤਾਂ ਹੈ ਨਹੀਂ। ਉਹ ਗੱਲ ਖਤਮ ਕਰੋ ਯਾਰ, ਕਿੱਥੇ ਮੁਕਾਣੀ ਆਪਾਂ ਜਲਦੀ ਆ, ਲੈ ਦੇ ਕੇ ਖਤਮ ਕਰੋ ਨਾ, ਲੈ ਦੇ ਕੇ, ਲੈ ਦੇ ਕੇ ਦੇਣ ਨੂੰ ਤਾਂ ਮਨਾ ਕਰਨ ਡੇ, ਬਸ ਨਿਕਲਿਆ ਨਹੀਂ ਭਰਾਵਾ ਦੇਖ ਲਾ। ਉਹ ਚੱਲ ਭਾ ਹੁਣ ਦੇਖ, ਇੱਕੋ ਮਹਿਕਮਾ ਤੋਂ ਹੁਣ ਦੇਖ ਮੈਂ ਕੱਲ ਪਿਆ ਬੈਠਾ, ਕੋਈ ਫਾਇਦਾ ਹੀ ਕਰ ਜਾ, ਕੋਈ ਬੋਹਣੀ ਟੈਪ ਚੀਜ਼। ਚੱਲ ਤੂੰ ਇੱਕ ਫਾਇਦਾ ਕੀਤਾ, ਤੈਨੂੰ ਚੌਂਕੀ ਕਿਹੜੀ ਲੱਗਦੀ ਹੈ? ਸਾਨੂੰ ਉਹ ਚਾਰ ਨੰਬਰ ਹੀ, ਚਾਰ ਨੰਬਰ ਚੌਂਕੀ ਪੈਂਦੀ, ਫਿਰ ਤਾਂ ਗੱਲ ਹੀ ਬਣ ਗਈ। ਅੱਜ ਤੂੰ ਮੈਨੂੰ ਛੱਡਿਆ, ਅਤੇ ਜਿੱਦਾਂ ਦੇ ਤੇਰੇ ਕੰਮ ਮੈਂ ਕਰ ਰਿਹਾ, ਇੱਦਾਂ ਤੂੰ ਕਦੀ ਫਸੇਗਾ ਜ਼ਰੂਰ, ਅਤੇ ਤੈਨੂੰ ਚੌਂਕੀ ਚਾਰ ਨੰਬਰ ਪੈਂਦੀ ਨਾ, ਅਤੇ ਤੂੰ ਮੈਨੂੰ ਛੱਡਿਆ ਤਾਂ ਮੈਂ ਤੈਨੂੰ ਛੱਡ ਦਾਂਗਾ।